ਮੈਂ ਨਿਸ਼ਾਨ ਸਾਹਿਬ ਹਾਂ ਮੈਨੂੰ ਹੁਣ ਪਤਾ ਲੱਗਾ ਹੈ ਕਿ ਦੁਨੀਆ ਕਿੱਡੀ ਵੱਡੀ ਮਤਲਬ ਪ੍ਰਸਤ ਹੈ ਅੱਜ ਜਦੋਂ ਮੈਨੂੰ ਲਾਲ ਕਿਲੇ ਤੋਂ ਲਹਿਰਾਇਆ ਗਿਆ ਤਾਂ ਮੇਰੇ ਉੱਪਰ ਕਈ ਇਲਜ਼ਾਮ ਲਗਾ ਦਿੱਤੇ ਗਏ ਪਰ ਲਾਕਡਾਊਨ ਦੇ ਦੌਰਾਨ ਮੈਨੂੰ ਯਾਦ ਹੈ ਕਿ ਲੋਕ ਮੈਨੂੰ ਦੂਰ ਤੋਂ ਹੀ ਵੇਖਣ ਤੋਂ ਬਾਅਦ ਮੇਰੇ ਵੱਲ ਦੌੜ ਪੈਂਦੇ ਸਨ ਇਸ ਉਮੀਦ ਨਾਲ ਕਿ ਉੱਥੋਂ ਲੰਗਰ ਮਿਲੇਗਾ ਬਾਕਸਰ ਬਜਿੰਦਰ ਸਿੰਘ ਦੀ ਇਹ ਪੋਸਟ ਉਹਨਾਂ ਲੋਕਾਂ ਦੀਆਂ ਅੱਖਾਂ ਖੋਲ ਦੇਣ ਵਾਲੀ ਹੈ ਜੋ ਨਿਸ਼ਾਨ ਸਾਹਿਬ ਨੂੰ ਖਾਲਸਤਾਨ ਦਾ ਝੰਡਾ ਦੱਸ ਰਹੇ ਹਨ ਨਿਸ਼ਾਨ ਸਾਹਿਬ ਲਾਉਣ ਨੂੰ ਮੁਲਕ ਦੇ ਖਿਲਾਫ ਬਗਾਵਤ ਐਲਾਨ ਰਹੇ ਹਨ ਦੇਸ਼ ਤ੍ਰੋ ਅਤੇ ترنگے ਦਾ અપਮਾਨ ਤੱਕ ਐਲਾਨਿਆ ਜਾ ਰਿਹਾ ਹੈ ਪਰ ਬਾਕਸਰ ਬਜਿੰਦਰ ਸਿੰਘ ਦੀ ਇਹ ਪੋਸਟ ਉਹਨਾਂ ਲੋਕਾਂ ਦੀਆਂ ਅੱਖਾਂ ਖੋਲਣ ਵਾਲੀ ਹੈ ਜੋ ਹਾਲੇ ਤੱਕ ਇਸ ਕੂੜ ਪ੍ਰਚਾਰ ਚ ਮਸ਼ਰੂਫ ਹਨ ਅਸਲ ਵਿੱਚ ਕਿਸਾਨ ਅੰਦੋਲਨ ਨੂੰ ਲੀਹ ਤੋਂ ਲਾਉਣ ਲਈ ਇਹ ਰੰਗ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਦਿੱਲੀ ਸਿੱਖ ਗੁਰਦੁਆਰਾ ਬੰਦ ਕਮੇਟੀ ਦੇ ਫਤਿਹ ਦਿਵਸ ਮੌਕੇ ਵੀ ਦਿੱਲੀ ਦੇ ਲਾਲ ਕਿਲੇ ਦੀਆਂ ਕੰਧਾਂ ਤੇ ਖਾਲਸਾਈ ਪੋਸਟਰ ਲਗਾਏ ਜਾਂਦੇ ਸਨ ਅਤੇ ਗਲਵਾਨ ਘਾਟੀ ਤੇ ਵੀ ਸਿੱਖ ਜਵਾਨਾਂ ਵੱਲੋਂ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਸੀ ਇਸ ਤੋਂ ਇਲਾਵਾ ਦਿੱਲੀ ਵਿੱਚ 26 ਜਨਵਰੀ ਦੀ ਪ੍ਰੇਡ ਮੌਕੇ ਵੀ ਇੱਕ ਚਾਕੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਕੀ ਦੇ ਨਾਲ ਗੁਰਦੁਆਰਾ ਸਾਹਿਬ ਦਾ ਸੁੰਦਰ ਮਾਡਲ ਅਤੇ ਨਾਲ ਹੀ ਨਿਸ਼ਾਨ ਸਾਹਿਬ ਦਿਖਾਇਆ ਗਿਆ ਸੀ ਪਰ ਲਾਲ ਕਿਲੇ ਤੇ ਲਗਾਏ ਗਏ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਖਾਲਸਤਾਨ ਦੇ ਨਾਮ ਨਾਲ ਜੋੜ ਕੇ ਬਖੇੜਾ ਖੜਾ ਕਰਨਾ ਕੀ ਜਾਇਜ਼ ਨਹੀਂ ਤੇ ਬਾਕਸਰ ਬਜੇਂਦਰ ਸਿੰਘ ਨੇ ਇਸ ਗਲਤ ਭਾਵਨਾ ਤੋਂ ਗ੍ਰਸਤ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਸਿੱਖ ਧਰਮ ਹੀ ਸੀ ਜਿਸ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਆਸਰਾ ਦਿੱਤਾ ਲੋਕਾਂ ਨੂੰ ਸੰਭਾਲਿਆ ਲੋੜਵੰਦਾਂ ਭੁੱਖਿਆਂ ਦੇ ਢਿੱਡ ਭਰੇ ਪਰ ਲੋਕ ਐਨੇ ਖੁਦਗਰਜ਼ ਹਨ ਕਿ ਅੱਜ ਉਸੇ ਧਾਰਮਿਕ ਝੰਡੇ ਨੂੰ ਉਹ ਮੁਲਕ ਦੇ ਖਿਲਾਫ ਐਲਾਨ ਰਹੇ ਹਨ ਮੁਲਕ ਦੇ ਖਿਲਾਫ ਸਾਜ਼ਿਸ਼ ਦੱਸ ਰਹੇ ਹਨ ਖਾਲਸਤਾਨ ਦਾ ਝੰਡਾ ਦੱਸ ਰਹੇ ਹਨ ਇਸ ਤੋਂ ਪਹਿਲਾਂ ਜਸਟਿਸ ਮਾਰਕੰਡੇ ਕਾਰਜੂ ਨੇ ਵੀ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਸੀ ਉਹਨਾਂ ਨੇ ਟਵੀਟ ਕੀਤਾ ਸੀ ਕਿ ਲਾਲ ਕਿਲੇ ਉੱਪਰ ਨਿਸ਼ਾਨ ਸਾਹਿਬ ਤੇ ਇਤਰਾਜ਼ ਕਿਉਂ ਹਨ ਮਾਰਕੰਡੇ ਕਾਰਜੂ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਲਾਲ ਕਿਲੇ ਦੇ ਧਾਰਮਿਕ ਝੰਡਾ ਲਹਿਰਾਉਣ ਤੇ ਇਤਰਾਜ਼ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਦੇ ਭੂਮੀ ਪੂਜਨ ਤੇ ਵੀ ਇਤਰਾਜ਼ ਕਰਨਾ ਚਾਹੀਦਾ ਸੀ ਕਿਉਂਕਿ ਸੰਸਦ ਹਿੰਦੂਆਂ ਦੀ ਨਹੀਂ ਜੇ ਲਾਲ ਕਿਲਾ ਧਰਮ ਨਿਰਪੇਖ ਹੈ ਤਾਂ ਸੰਸਦ ਨੂੰ ਵੀ ਧਰਮ ਨਿਰਪੇਖ ਸਮਝਣਾ ਚਾਹੀਦਾ ਹੈ ਪਰ ਇਤਰਾਜ਼ ਕੇਵਲ ਲਾਲ ਕਿਲੇ ਤੇ ਹੀ ਨਹੀਂ ਹੋਣਾ ਚਾਹੀਦਾ ਜਾਂ ਤਾਂ ਸੰਸਦ ਤੇ ਵੀ ਕਰੋ ਕਾਰਜੂ ਮੁਤਾਬਕ ਜਿਨ੍ਹਾਂ ਲੋਕਾਂ ਨੇ ਸੰਸਦ ਦੇ ਭੂਮੀ ਪੂਜਣ ਤੇ ਇਤਰਾਜ਼ ਨਹੀਂ ਕੀਤਾ ਤਾਂ ਫਿਰ ਉਹ ਲਾਲ ਕਿਲੇ ਤੇ ਵੀ ਕਿਉਂ ਇਤਰਾਜ਼ ਕਰ ਹੁਣ ਗਲਤ ਸੁਨੇਹਾ ਦੇ ਰਹੇ ਹਨ ਜ਼ਿਕਰ ਖਾਸ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਦੀ ਫਸੀਲ ਤੋਂ ਖਾਲੀਪੈ ਪੋਲ ਤੋਂ ਨਿਸ਼ਾਨ ਸਾਹਿਬ ਚੁਲਾਇਆ ਗਿਆ ਭੀੜ ਦਾ ਖਰੂਦ ਪਾਉਣਾ ਗਲਤ ਸੀ ਪਰ ਜਿਸ ਤਰੀਕੇ ਨਾਲ ਇਸ ਪ੍ਰਸੰਗ ਨੂੰ ਸਾਰ ਦਿੱਤਾ ਗਿਆ ਤਰੰਗਾ ਉਤਾਰ ਕੇ ਖਾਲਸਾਤਾਨ ਦਾ ਝੰਡਾ ਲਹਿਰਾਇਆ ਗਿਆ ਇਹੋ ਜਿਹੇ ਦਾਅਵੇ ਕੀਤੇ ਗਏ ਉਸ ਨਾਲ ਲੋਕਾਂ 'ਚ ਗਲਤ ਸੁਨੇਹਾ ਗਿਆ ਅਤੇ ਸਿੱਖ ਧਰਮ ਬਾਰੇ ਵੀ ਗਲਤ ਟਿੱਪਣੀਆਂ ਹੋਈਆਂ ਜਦ ਕਿ ਚੁਲਾਇਆ ਗਿਆ ਝੰਡਾ ਖਾਲਸਤਾਨੀ ਨਹੀਂ ਬਲਕਿ ਨਿਸ਼ਾਨ ਸਾਹਿਬ ਸੀ ਅਤੇ ਫਤਿਹ ਦਿਵਸ ਤੇ ਪਹਿਲਾਂ ਵੀ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਰਿਹਾ ਹੈ ਸੋ ਇਹ ਵਿਵਾਦ ਬੇਮਾਇਨਾ ਹੈ ਹੁਣ ਮੁੱਖੇਬਾਜ਼ ਵਿਜੇਂਦਰ ਸਿੰਘ ਬੜੀ ਸਹੀਅਤ ਤੇ ਸਟੀਕ ਲਹਿਜੇ ਚ ਜਵਾਬ ਦਿੰਦਾ ਹੈ ਨਿਸ਼ਾਨ ਸਾਹਿਬ ਦੀ ਵੀ ਮਹੱਤਤਾ ਉਹਨਾਂ ਲੋਕਾਂ ਨੂੰ ਸਮਝਾਈ ਹੈ ਜੋ ਬੇਵਜਾ ਇਸ ਮੁੱਦੇ ਨੂੰ ਫਿਰਕੂ ਰੰਗਤ ਦੇ ਰਹੇ ਹਨ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ